हाँ जी, सत श्री अकाल दोस्तों, की हाल है जी? दोस्तों वेलकम टू सरी इमीग्रेशन यूट्यूब चैनल, फिर स्वागत है तुहाडा। हफ्ते बाद तुहानू फिर दोबारे मिल रहे हैं एंड बड़े सानू कॉमेंट्स आउंदे आ विस्टर वीज़ा बारे, चाहे वह कैनेडा का होवे चाहे आस्ट्रेलिया का होवे, भी सानू इहदे बारे इनफॉर्मेशन दी जाए जिहड़ा टूरिस्ट वीज़ा हैगा वी किस तरीके नाल आपां लै सकदे हां। सो दोस्तों अज दी वीडियो दे विच आपां गल करनी है कनेडा दे टूरिस्ट वीज़ा वास्ते, भी इहदे लई तुहानू किहड़े किहड़े डॉक्यूमेंटेशन चाहीदे ने, जे थोड़ा वीज़ा लग जाता है तो तुसी किस तैयारी के नाल तुसी इत्थे पहुँचना है एयरपोर्ट ते, ताकि थोड़ी एंट्री वधिया समूथ तरीके हो जाए। मुड़ के जो तुसी इत्थे पहुँच गए हो, इत्थे आ गए हो, ऑब्वियसली तुसी इंजॉय करोगे एंड उस तो बाद दे विच जे थोड़े कोल होर किहड़े किहड़े ऑप्शनस हुंदे ने उरे कैनेडा दे विच पहुँचण तो बाद, आपां उह वी डिस्कस करांगे। सो वीडियो नूं आपां स्टार्ट करदे हां। स्टार्ट करन तों पहलां यूट्यूब चैनल तुसीं साडा सबसक्राइब कर लो ते शेयर जरूर कर दिया करो, जे तुहानूं लगदा कि इनफॉर्मेशन वधिया तुहाडे नाल शेयर कीती गई है यूट्यूब साडी वीडियो दे विच, तां तुसीं शेयर जरूर कर दिया करो अपनी रिस्पोंसिबिलिटी समझ के। हाँ जी दोस्तों, सो वीडियो स्टार्ट करते हैं। सारे नाल पहलां आपां गल करांगे वी तुहानूं डॉक्यूमेंट्स जिहड़े हैगे किहड़े किहड़े चाहीदे ने। इहदे बहुत वड्डा एक कह लो वी डाउट ਹੁੰਦਾ ਸਾਰਿਆਂ ਦੇ ਮਾਈਂਡ ਦੇ ਵਿੱਚ ਵੀ ਡਾਕੂਮੈਂਟੇਸ਼ਨ ਪਤਾ ਨਹੀਂ ਕਿਹੜੀ ਚਾਹੀਦੀ ਹੈ ਕਿਹੜੀ ਨਹੀਂ ਚਾਹੀਦੀ, ਕਿਹੜੇ ਜ਼ਰੂਰੀ ਨੇ ਕਿਹੜੇ ਨਹੀਂ ਜ਼ਰੂਰੀ ਹੈਗੇ। ਸੋ ਦੋਸਤੋ ਤੁਹਾਨੂੰ ਦੱਸ ਦਈਏ, ਸਭ ਤੋਂ ਪਹਿਲਾਂ ਓਬਵੀਅਸਲੀ ਤੁਹਾਡਾ ਪਾਸਪੋਰਟ ਤੁਹਾਡੇ ਕੋਲ ਹੋਣਾ ਚਾਹੀਦਾ, ਤੇ ਜੇ ਤੁਸੀਂ ਕੈਨੇਡਾ ਦਾ ਅਪਲਾਈ ਕਰ ਰਹੇ ਹੋ ਮੇਕ ਸ਼ੋਰ ਕਰਿਓ ਵੀ ਜਿਹੜਾ ਟੂਰਿਸਟ ਵੀਜ਼ਾ ਹੈਗਾ ਉਹ ਤੁਹਾਨੂੰ ਉਦੋਂ ਤੱਕ ਦਾ ਹੀ ਮਿਲਦਾ ਹੁੰਦਾ ਜਦੋਂ ਤੁਹਾਡੀ ਪਾਸਪੋਰਟ ਦੀ ਵੈਲਿਡਿਟੀ ਆ। ਜੇ ਉਹ 10 ਸਾਲ ਦਾ ਵੈਲਿਡ ਹੈਗਾ ਤਾਂ 10 ਸਾਲ ਦਾ ਵੀਜ਼ਾ ਮਿਲ ਜੂਗਾ, ਜੇ ਸਾਲ ਦਾ ਹੈਗਾ ਤਾਂ ਸਾਲ ਦਾ ਮਿਲ ਜੂਗਾ, ਘੱਟੋ ਘੱਟ 6 ਮਹੀਨੇ ਦਾ ਉਹ ਹੋਣਾ ਚਾਹੀਦਾ ਵੈਲਿਡ। ਸੋ ਮੇਕ ਸ਼ੋਰ ਕਰਿਓ ਵੀ ਜੇ ਰਿਨਿਊ ਕਰਾਉਣ ਵਾਲਾ ਤਾਂ ਰਿਨਿਊ ਕਰਕੇ ਅਪਲਾਈ ਕਰਿਓ, ਅਦਰਵਾਈਜ਼ ਜੇ 5-6 ਸਾਲ ਦਾ ਵੀ ਹੈਗਾ ਤਾਂ ਵੀ ਤੁਸੀਂ ਸੇਫ ਹੋ, ਯੂ ਆਰ ਗੁੱਡ ਟੂ ਗੋ। ਸੋ ਦੋਸਤੋ ਪਾਸਪੋਰਟ ਤੋਂ ਬਾਅਦ ਆ ਜਾਂਦਾ ਤੁਹਾਡਾ ਕੰਮ ਕਾਰੋਬਾਰ। ਜੇ ਤਾਂ ਹੁਣ ਤੁਸੀਂ ਇੰਪਲੋਈ ਹੋ ਕਿਤੇ ਕੰਮ ਕਰਦੇ ਹੋ ਤਾਂ 3 ਤੋਂ 6 ਮਹੀਨੇ ਦੀਆਂ ਸੈਲਰੀ ਸਲਿਪਸ ਦਿਖਾਓ, ਆਪਣੇ ਬੈਂਕ ਅਕਾਊਂਟ ਦੇ ਵਿੱਚ ਐਂਟਰੀ ਸ਼ੋਅ ਹੋਣੀਆਂ ਚਾਹੀਦੀਆਂ। ਜੇ ਕੈਸ਼ ਮਿਲ ਰਿਹਾ ਵਾ ਤਾਂ ਕੈਸ਼ ਵਾਊਚਰ ਦਿਖਾਓ ਤੁਸੀਂ, ਘੱਟੋ ਘੱਟ 3 ਤੋਂ 6 ਮਹੀਨੇ ਦੇ ਵੀ ਤੁਹਾਨੂੰ ਕੈਸ਼ ਪੇਮੈਂਟ ਮਿਲੀ ਹੈ, ਰਾਈਟ? ਤੁਹਾਡੇ ਇੰਪਲੋਇਰ ਵੱਲੋਂ ਤੁਹਾਨੂੰ ਜਿਹੜਾ ਹੈਗਾ ਕੈਸ਼ ਵਾਊਚਰ ਇਸ਼ੂ ਕਰਦੇ ਹੁੰਦੇ ਨੇ ਜਾਂ ਤੁਹਾਨੂੰ ਕੈਸ਼ ਪੇਮੈਂਟ ਮਿਲਦੀ ਹੈ, ਸੋ ਤੁਸੀਂ ਉਹ ਸ਼ੋਅ ਕਰ ਸਕਦੇ ਹੋ, ਰਾਈਟ? ਤੁਹਾਨੂੰ ਸ਼ੋਅ ਕਰਨੀ ਚਾਹੀਦੀ ਹੈ ਐਂਡ ਨਾਲੇ ਐਨਓਸੀ ਲੈਟਰ ਆਪਣੇ ਇੰਪਲੋਇਰ ਤੋਂ ਜ਼ਰੂਰ ਲਿਖਾਓ ਵੀ ਉਹਨੂੰ ਕੋਈ ਓਬਜੈਕਸ਼ਨ ਨਹੀਂ ਹੈਗਾ, ਨੋ ਓਬਜੈਕਸ਼ਨ ਲੈਟਰ ਜਿਹਨੂੰ ਆਪਾਂ ਕਹਿ ਦਿੰਦੇ ਹਾਂ ਵੀ ਜੇ ਤੁਸੀਂ ਟਰੈਵਲ ਕਰਨ ਜਾਂਦੇ ਹੋ ਟੂਰਿਸਟ ਵੀਜ਼ਾ, ਫੋਰ ਐਗਜ਼ਾਮਪਲ ਜੇ ਆਪਾਂ ਤੁਹਾਡੇ ਵੀਜ਼ੇ ਦੇ ਵਿੱਚ ਪਾ ਰਹੇ ਹਾਂ ਕਿ ਤੁਸੀਂ 4 ਹਫ਼ਤਿਆਂ ਲਈ 1 ਮਹੀਨੇ ਵਾਸਤੇ ਉਰੇ ਆ ਰਹੇ ਹੋ ਘੁੰਮਣ ਕੈਨੇਡਾ ਐਂਡ ਜੇ ਤੁਸੀਂ ਪਿੱਛੇ 4 ਹਫ਼ਤਿਆਂ ਦਾ ਕੰਮ ਛੱਡਦੇ ਹੋ ਤੁਹਾਡੇ ਇੰਪਲੋਇਰ ਨੂੰ ਕੋਈ ਇਤਰਾਜ਼ ਨਹੀਂ ਹੈਗਾ, ਛੁੱਟੀਆਂ ਤੁਹਾਨੂੰ ਗ੍ਰਾਂਟ ਕਰ ਦਿੱਤੀਆਂ ਗਈਆਂ ਨੇ ਤੇ ਜਦੋਂ ਤੁਸੀਂ ਮੁੜ ਕੇ ਵਾਪਸ ਜਾਓਗੇ ਤੁਹਾਡੀ ਜਿਹੜੀ ਜੌਬ ਹੈਗੀ ਆ ਤੁਸੀਂ ਉਹਨੂੰ ਉਸ ਤਰੀਕੇ ਨਾਲ ਹੀ ਰਿਜ਼ਿਊਮ ਕਰ ਪਾਓਗੇ ਤੁਸੀਂ ਬੈਕ ਹੋਮ। ਸੋ ਉਹ ਲੈਟਰ ਬਹੁਤ ਜ਼ਰੂਰੀ ਹੁੰਦਾ ਆ ਤੇ ਨਾਲ ਤੁਸੀਂ ਆਪਣੀ ਜੁਆਇਨਿੰਗ ਲੈਟਰ ਜ਼ਰੂਰ ਲਾਇਆ ਕਰੋ ਇਫ ਪੋਸੀਬਲ, ਵੀ ਜਦੋਂ ਤੁਸੀਂ ਜੌਬ ਨੂੰ ਜੁਆਇਨ ਕੀਤਾ ਸੀ। ਐਕਸਪੀਰੀਅੰਸ ਲੈਟਰ ਤਾਂ ਆਪਾਂ ਲਾਉਣਾ ਹੀ ਲਾਉਣਾ, ਐਨਓਸੀ ਵੀ ਲਾਉਣੀ ਆ ਐਂਡ ਨਾਲ ਜੁਆਇਨਿੰਗ ਲੈਟਰ। ਜੁਆਇਨਿੰਗ ਲੈਟਰ ਹੁੰਦਾ ਵੀ ਜਦੋਂ ਤੁਹਾਨੂੰ ਕੰਟਰੈਕਟ ਤੁਹਾਨੂੰ ਕੰਪਨੀ ਇਸ਼ੂ ਕਰਦੀ ਹੈ ਕਿ ਹਾਂਜੀ ਤੁਹਾਨੂੰ ਹਾਇਰ ਕਰ ਲਿੱਤਾ ਗਿਆ ਆ, 3 ਤੁਹਾਡੀ ਜੁਆਇਨਿੰਗ ਲੈਟਰ ਹੋਊਗੀ, ਰਾਈਟ? ਉਹਦੇ ਵਿੱਚ ਤੁਹਾਡੀ ਡਿਊਟੀਸ ਵਗੈਰਾ, ਜੌਬ ਪੇ ਰੇਟ ਵਗੈਰਾ ਸਾਰਾ ਕੁਝ ਲਿਖਿਆ ਹੁੰਦਾ ਤੇ ਉਹਦੇ ਵਿੱਚ ਡੇਟ ਵੀ ਜਿਹੜੀ ਹੈਗੀ ਆ ਉਦੋਂ ਦੀ ਪਈ ਹੁੰਦੀ ਆ ਜਦੋਂ ਤੁਸੀਂ ਜੌਬ ਆਪਣੀ ਸਟਾਰਟ ਕਰਨ ਤੋਂ ਕੁਝ ਕੁ ਦਿਨ ਪਹਿਲਾਂ ਦੀ। ਸੋ ਇਹ ਚੀਜ਼ਾਂ ਹੈਗੀਆਂ, ਜੇ ਤੁਸੀਂ ਇੰਪਲੋਈ ਹੈਗੇ ਹੋ ਤਾਂ ਤੁਸੀਂ ਇਹ ਸਾਰਾ ਕੁਝ ਸ਼ੋਅ ਕਰ ਸਕਦੇ ਹੋ। ਹਾਂਜੀ, ਨਾਲ ਦੀ ਨਾਲ ਤੁਸੀਂ ਆਪਣੀ ਜੇ ਤੁਹਾਡੀ ਕੰਪਨੀ ਤੋਂ ਤੁਹਾਨੂੰ ਕੋਈ ਆਈਡੀ ਕਾਰਡ ਵਗੈਰਾ ਹੈਗਾ ਤੁਹਾਡੇ ਕੋਲੇ ਤਾਂ ਤੁਸੀਂ ਆਈਡੀ ਕਾਰਡ ਵੀ ਜ਼ਰੂਰ ਸ਼ੋਅ ਕਰ ਸਕਦੇ ਹੋ, ਨਾਲ ਲਾ ਸਕਦੇ ਹੋ, ਉਹ ਵੀ ਇੱਕ ਬਹੁਤ ਵਧੀਆ ਪ੍ਰੂਫ ਹੈਗਾ ਆ ਕਿ ਤੁਸੀਂ ਉਸ ਕੰਪਨੀ ਦੇ ਵਿੱਚ ਕੰਮ ਕਰਦੇ ਹੋ। ਉਦੋਂ ਬਾਅਦ ਦੇ ਵਿੱਚ ਦੋਸਤੋ ਆਪਾਂ ਆ ਜਾਈਏ ਬਿਜ਼ਨਸ ਓਨਰਸ, ਜਿਹੜੇ ਬਿਜ਼ਨਸ ਓਨਰ ਹੁੰਦੇ ਨੇ ਉਹਨਾਂ ਵਾਸਤੇ ਥੋੜੀ ਸਿਚੁਏਸ਼ਨ ਜਿਹੜੀ ਹੈਗੀ ਆ ਸਿਨੈਰੀਓ ਅਲੱਗ ਹੁੰਦਾ ਆ। ਹੁਣ ਜਿੱਥੇ ਤੁਸੀਂ ਆਪਣੇ ਜੌਬ ਲੈਟਰਸ ਵਗੈਰਾ ਦਿਖਾ ਕੇ ਸਾਰਾ ਕੁਝ ਪੇ ਸਲਿਪਸ ਦਿਖਾ ਦਿੱਤੀਆਂ ਜੇ ਤੁਸੀਂ ਇੰਪਲੋਈ ਹੋ, ਜੇ ਹੁਣ ਤੁਸੀਂ ਬਿਜ਼ਨਸ ਓਨਰ ਹੋ ਤਾਂ ਉਹਦੇ ਲਈ ਤੁਹਾਨੂੰ ਜਿਹੜੀ ਰਿਕੁਆਇਰਮੈਂਟ ਹੈਗੀ ਥੋੜੀ ਥੋੜੀ ਵੱਧ ਜਾਂਦੀ ਹੈ। ਵਿਜ਼ਿਟਿੰਗ ਕਾਰਡ, ਲੈਟਰ ਹੈਡ ਦਿਖਾਓ ਕੰਪਨੀ ਦੇ, ਬੈਲੈਂਸ ਸ਼ੀਟ ਦਿਖਾਓ ਲਾਸਟ 2 ਈਅਰਸ ਦੀ, ਆਈਟੀ ਕਾਰਡ ਦਿਖਾਓ ਆਪਣੀ ਪਰਸਨਲ ਵੀ, ਆਈਟੀ ਕਾਰਡ ਦੋਨਾਂ ਨੂੰ ਦਿਖਾਉਣੀ ਪੈਣੀ ਹੈ ਆਪਣੀ 2 ਤੋਂ 3 ਸਾਲ ਦੀ, ਠੀਕ ਹੈ ਜੀ? ਪਰ ਬਿਜ਼ਨਸ ਦੀ ਆਈਟੀ ਕਾਰਡ ਵੀ ਹੁੰਦੀ ਆ, ਜੇ ਤੁਸੀਂ ਬਿਜ਼ਨਸ ਓਨਰ ਹੋ ਤਾਂ ਬਿਜ਼ਨਸ ਦੀ ਆਈਟੀ ਕਾਰਡ ਲਾਓ, ਬਿਜ਼ਨਸ ਦੀ ਰਜਿਸਟ੍ਰੇਸ਼ਨ ਲਾਓ, ਜੇ ਲਿਮਿਟਡ ਕੰਪਨੀ ਹੈਗੀ ਤਾਂ ਕਾਰਪੋਰੇਸ਼ਨ ਇਨਕਾਰਪੋਰੇਟ ਸਰਟੀਫਿਕੇਟ ਲਾਓ। ਉਦੋਂ ਬਾਅਦ ਵਿੱਚ ਦੋਸਤੋ ਅੱਜ ਆ ਜਾਈਏ ਜਿਹੜਾ ਸਭ ਨਾਲੋਂ ਵੱਧ ਜ਼ਰੂਰੀ ਗੱਲ ਆ, ਬੈਂਕ ਬੈਲੈਂਸ। ਬੈਂਕ ਬੈਲੈਂਸ ਕਿੰਨਾ ਹੋਣਾ ਚਾਹੀਦਾ? ਸੋ ਦੋਸਤੋ ਬੈਂਕ ਬੈਲੈਂਸ ਦੇ ਵਿੱਚ ਇਹੋ ਜਿਹੀ ਕੋਈ ਇਹੋ ਜਿਹੀ ਰਿਕੁਆਇਰਮੈਂਟ ਨਹੀਂ ਹੁੰਦੀ ਹੈਗੀ ਵੀ ਤੁਸੀਂ 20 ਲੱਖ ਦਿਖਾਓ, 25-50 ਲੱਖ ਦਿਖਾਓ, ਇਸ ਤਰੀਕੇ ਨਾਲ ਨਹੀਂ ਹੁੰਦਾ। ਉਹ ਤੁਹਾਡਾ IRCC ਇਮੀਗ੍ਰੇਸ਼ਨ ਤੁਹਾਡੇ ਬੈਂਕ ਅਕਾਊਂਟ ਦੇ ਵਿੱਚ ਕੈਸ਼ ਫਲੋ ਦੇਖਦੀ ਹੈ ਵੀ ਕੈਸ਼ ਫਲੋ ਕੀ ਹੈ, ਕਿੰਨਾ ਪੈਸਾ ਆ ਰਿਹਾ, ਕਿੰਨਾ ਯੂਜ਼ ਹੋ ਰਿਹਾ ਅਤੇ ਕਿੰਨਾ ਬਚ ਰਿਹਾ।
एंड जेड़ा अकाउंट च थोड़े बच रहा बचिया होया, तुसीं 6 महीने की बैंक स्टेटमेंट लाई है तो वो तुसीं 3 लाख रुपया दिखा रहे हो। हुण उन्होंने ये चीज़ देखनी है भी जिहड़ा 3 लाख रुपया तुहाडे अकाउंट दे विच सेविंग्स विच पिया वा ते जिहड़ा तुसीं उहनूं प्लान ऑफर कर रहे हो, राइट। 3 लाख तुहाडे बैंक अकाउंट च हैगा, तुसीं हफ्ते का ट्रिप बनाओ, 10 दिन का बनाओ, राइट। एंड जब तुसीं उहनूं शो करना कि जिहड़ा 10 दिन का ट्रिप आ, मैं 3 लाख दे नाल मैं ट्रैवल करके वापस मुड़ के आ सकदा वा, एंड 3 लाख इनफ आ। जिहड़ा तुहाडा ट्रैवल प्लान होगा अगे जाके आपां डिस्कस करांगे, ट्रैवल प्लान दे विच जो तुसीं दसणा कि मैं इस होटल दे विच रहना, इन्नी मेरी टिकट होगी, आ टिकट लैनी है मैं, सो 3 लाख की ओह ट्रिप नूं कवर कर रहा। सो ये बहुत जरूरी हुंदा, राइट। पैसा डज नॉट मैटर, तुसीं 5 लाख दिखाओ जां 50 लाख दिखाओ, उस पैसे दे विच जो तुसीं ट्रैवल दा प्लान शेयर कीता इमीग्रेशन नाल, की इज इट पॉसिबल तुसीं उस बजट दे विच ते जिहड़ा तुहाडा अकाउंट बैलेंस हैगा उस बजट दे विच तुसीं इह ट्रिप नूं कर सकदे हो। इमीग्रेशन ने यह देखना होंदा है दो चीज़ां, कैश फ्लो एंड थोड़ा बजट, ठीक है जी। सो उदो बाद दे विच आपां दोस्तों आ जाइए थोड़ी होटल बुकिंग ते। अगेन होटल बुकिंग भी तुसीं अपने पैसे दे हिसाब नाल कराओ, हफ्ते दी, 10 दिन दी, 2 हफ्ते दी, 4 हफ्तिआं दी, राइट। जिन्ना तुहाडा बैंक बैलेंस उहदे हिसाब नाल कराओ। एयर टिकट डमी ला सकदे हो तुसीं नाल, अगेन वो भी डिपेंड करता भी तुहाडा बजट किन्ना आ। हफ्ते दी रिटर्न टिकट हमेशा लाउणी है तुसीं, हफ्ते दी, 10 दिन दी, 15 दिन दी, 4 हफ्तिआं दी, भी तुहाडा बजट किन्ना हैगा, ठीक है जी। होटल बुकिंग भी होगी तुहाडी, एयर टिकट भी डमी टिकट होगी, एंड उस तों बाद दे विच आ गया दोस्तों अपना ट्रैवल प्लान। ये बहुत जरूरी हुंदा, ट्रैवल प्लान दे विच तुसीं की शो करदे हो कि एवरी सिंगल डे, फॉर एग्जाम्पल तुसीं 10 दिन का ट्रिप बनाया, वो 10 दिनों दे विच पहले दिन तो लैके 10वें दिन तक तुसीं करना की है, राइट। भी पहले दिन फॉर एग्जाम्पल तुसीं हुण बीसी जा रहे हो, पहले दिन तुसीं कह सकते हो भी इत्थे मैं इत्थे जे मैं आऊंगी तो पहला मैं वैनकूवर घूमूंगी, डाउन टाउन, साइंस वर्ल्ड, राइट। सेकंड डे मैं विक्टोरिया जाऊंगी, आइलैंड घूमूंगी, थर्ड डे मैं विसलर जाऊंगी, यू नो एंड सो ऑन। सो थोनों पर डे के हिसाब नाल थोनों अपना पूरा प्लान हैगा, जे तुसीं वो जे भी तुसीं लिख सकते हो कि मैं शॉपिंग करन जाऊंगी डाउन टाउन दे विच, इस प्लाजे च जाऊंगी, गर्मियां दे दिन ने मैं कैनेडा पी एन ई जिहड़ा प्ले ग्राउंड हैगा, फेयर ग्राउंड हैगा उरे, मैं उहदे उत्थे जाऊंगी, राइट। एनीथिंग तुसीं कुछ भी ऐड कर सकदे हो अपने ट्रैवल प्लान दे विच, एंड उस तरीके तुसीं अपना ट्रैवल प्लान बनाओ जिहड़ा कि तुसीं कर सकदे हो, अफोर्ड कर सकदे हो, एंड जिहदी कॉस्टिंग भी तुसीं अपने ट्रैवल प्लान दे विच मेंशन कर सकदे हो कि जिहड़ा ट्रैवल प्लान मैं 10 दिन दा, हफ्ते दा, जिन्ना भी बनाया, जिन्नी भी ड्यूरेशन दा मैं ट्रैवल प्लान सबमिट कर रही हां जां कर रहा हां, भी इन इनू इन्ना खर्चा आऊगा ते इन्ना बैलेंस मैं शो कर रही हूँ कि मेरा बजट हैगा, ठीक है जी। ट्रैवल प्लान बहुत जरूरी होंगे। सो ये तो होगी थोड़ी डॉक्यूमेंटेशन की गल। जे तुसी मैरिड हैगे हो तो मैरिज सर्टिफिकेट जरूर नाल लाओ, बहुत जरूरी है, जिहड़ा कोर्ट्स तो मिलता वो लाना चाहिए थानू। बच्चे हैगे ने, बच्चों के पासपोर्ट लाओ, जां जे पासपोर्ट नहीं हैगे अपने आधार कार्ड वगैरह कुछ और आईडी प्रूफ लाओ, जे बच्चों नाल नहीं अप्लाई कर रहे पर आईडी जरूर लाओ एप्लीकेशन दे विच, आधार कार्ड कुछ भी तुसी ला सकते हो जे पासपोर्ट नहीं हैगे। सो दोस्तों ये तो होगी अपनी मेन गल डॉक्यूमेंटेशन दी, राइट। फॉर एग्जाम्पल हुण थोड़ा वीजा लग गया, कॉन्ग्रेचुलेशंस, बधाइयां। एंड एक गल होर इत्थे थोनों सारे नाल शेयर कर दी है कि जे जदों तुसी वीजा अप्लाई करदे हो तो थोनों घबराउण दी लोड़ नहीं हुंदी कि मेरा वीजा हुण, क्योंकि कोविड दा टाइम थोनों पता किन्ना बैकलॉग आ कैनेडा दे कोले, थोनों घबराउण दी लोड़ नहीं हुंदी हैगी वी किन्ने टाइम च मेरा वीजा आऊ, हफ्ते च आऊ, 10 दिन च आऊ, यू नो 2 महीनिया च आवे, 6 महीने च आवे। एक बार फाइल ला दिती, लैस बी पॉजिटिव कि थोड़ा पॉजिटिव रिस्पॉन्स आवे, एंड जदों थोड़ा वीजा आ जाता दोस्तों, यू नो इट्स अ बिग थिंग, सारे नू बहुत चाह चढ़ता है, थोड़े सुपने एक तरीके ना पूरे हो जाते हैं, राइट। एंड जो हम थोड़ा वीजा आ गया उदू बाद थोनू की करना चाहिए। सो आप स्टार्ट करते हैं कि फॉर एग्जाम्पल थोड़ा वीजा आ गया, तुसी हुण एयर टिकट लैनी है, जिहड़ी एयर टिकट तुसी दोस्तों लैनी है वो उस सिटी दी लैनी है जिहड़ा तुसी ट्रैवल प्लान दे विच मेंशन कीता सी कि मैं इत्थे जाना है। फॉर एग्जाम्पल तुसी कहा मैं बीसी जाना, वैनकूवर जाना है, सो थोड़ी जिहड़ी रिटर्न टिकट, हमेशा रिटर्न टिकट लैनी है विजिटर वीजा होल्डर ने, टूरिस्ट वीजा होल्डर ने। सो उहदे विच की है वी तुसी दिल्ली टू लै लेती वैनकूवर, एंड वैनकूवर टू बैक टू दिल्ली, रिटर्न टिकट लैनी है ते लैनी हमेशा उस सिटी दी है जिथे तुसी ट्रैवल प्लान दे विच मेंशन कीता सीगा।
ਸੋ ਦੋਸਤੋ ਹੈਵੀ ਪੈਕਿੰਗ ਨਹੀਂ ਕਰਨੀ ਟੂਰਿਸਟ ਵੀਜ਼ਾ ਹੋਲਡਰ ਨੇ, ਇਹ ਨਾ ਹੋਵੇ ਕਿ ਤੁਸੀਂ ਇਕੱਲੇ ਆ ਰਹੇ ਹੋ ਤੇ ਨਾਲ ਦੋ ਤਿੰਨ ਲਗੇਜ ਚੱਕੇ ਹੋਏ ਨੇ, ਨੈਵਰ ਡੂ ਦੈਟ। ਐਂਡ ਕਦੇ ਵੀ ਆਪਣੇ ਓਰੀਜਨਲ ਡਾਕੂਮੈਂਟਸ ਨਾਲ ਨਾਲ ਕੈਰੀ ਨਾ ਕਰੋ, ਬਿਕੋਜ਼ ਯੂ ਨੋ ਅਗੇਨ ਇਟਸ ਅ ਰੈਡ ਫਲੈਗ। ਐਂਡ ਘੱਟ ਤੋਂ ਘੱਟ ਆਪਣਾ ਸਮਾਨ ਲੈ ਕੇ ਆਓ, ਜਿੰਨਾ ਟੂਰਿਸਟ ਲੈ ਕੇ ਆਉਂਦਾ ਹੁੰਦਾ, ਰਾਈਟ, ਯੂ ਨੋ ਸਮਾਲ ਬੈਗ, ਛੋਟੇ ਜਿਹੇ ਕੱਪੜੇ, ਰਿਲੈਕਸ ਹੋ ਕੇ ਆਓ, ਰਾਈਟ। ਸੋ ਟੂਰਿਸਟ ਵਰਗੇ ਲੱਗਣੇ ਵੀ ਚਾਹੀਦੇ ਵੀ ਤੁਸੀਂ ਟੂਰਿਸਟ ਹੈਗੇ ਹੋ, ਰਾਈਟ। ਜਦੋਂ ਹੁਣ ਤੁਸੀਂ ਬਾਰਡਰ ਤੇ ਪਹੁੰਚ ਗਏ ਹੋ, ਮਤਲਬ ਏਅਰਪੋਰਟ ਤੇ ਪਹੁੰਚ ਗਏ ਹੋ, ਤੁਸੀਂ ਲੈਂਡ ਹੋ ਗਏ ਹੋ, ਹੁਣ ਵੀਜ਼ੇ ਦਾ ਮਤਲਬ ਇਹ ਨਹੀਂ ਹੈਗਾ ਕਿ ਤੁਹਾਨੂੰ 100% ਤੁਹਾਨੂੰ ਗਾਰੰਟੀਡ ਐਂਟਰੀ ਮਿਲੂਗੀ। CBSA ਜਿਹੜਾ ਆਫੀਸਰ ਹੁੰਦਾ ਉਹਨੇ, ਕੈਨੇਡੀਅਨ ਬਾਰਡਰ ਸਰਵਿਸਿਜ਼ ਏਜੰਸੀ ਦਾ ਜਿਹੜਾ ਆਫੀਸਰ ਹੋਊਗਾ, ਉਹਨੇ ਹੁਣ ਤੁਹਾਡੀ ਪ੍ਰੋਫਾਈਲ ਨੂੰ ਇਵੈਲੂਏਟ ਕਰਨਾ। ਵੀਜ਼ਾ ਦਿੱਤਾ IRCC ਨੇ, ਤੁਹਾਡੀ ਜਿਹੜੀ ਇਵੈਲੂਏਸ਼ਨ ਹੈਗੀ ਆ, ਐਲੀਜੀਬਿਲਟੀ ਸਾਰਾ ਕੁਝ ਚੈੱਕ ਹੋ ਚੁੱਕਿਆ, ਬਟ ਹੁਣ ਡਿਟਰਮਿਨ ਕਰਨਾ CBSA ਨੇ। CBSA ਨੇ ਉੱਥੇ ਆਫੀਸਰ ਉਹਨਾਂ ਦੇ ਮੂਹਰੇ ਬੈਠੇ ਹੁੰਦੇ ਨੇ, ਤੁਹਾਡੀ ਇੰਟਰਵਿਊ ਲੈ ਸਕਦੇ, ਤੁਹਾਨੂੰ ਦੋ ਤਿੰਨ ਕੁਸ਼ਚਨ ਵੱਧ ਵੀ ਪੁੱਛ ਸਕਦੇ ਨੇ ਵੀ ਕੀ ਕਰਨਾ ਹੈ। ਫਿਰ ਤੁਹਾਨੂੰ ਪਤਾ ਹੋਣਾ ਚਾਹੀਦਾ ਇਹ ਸਾਰੀਆਂ ਚੀਜ਼ਾਂ ਦਾ ਕਿ ਮੈਂ ਵੈਨਕੂਵਰ ਆਈ ਹਾਂ, ਮੈਂ ਇੱਥੇ ਘੁੰਮਣ ਆਈ ਹਾਂ, ਇੱਥੇ ਮੈਂ ਰਹਿਣਾ ਆ, ਆਹ ਹੋਟਲ ਦਾ ਮੇਰਾ ਨਾਮ ਆ, ਤੁਹਾਨੂੰ ਮੂੰਹ ਜਵਾਨੀ ਸਾਰਾ ਕੁਝ ਯਾਦ ਹੋਣਾ ਚਾਹੀਦਾ, ਠੀਕ ਹੈ ਜੀ। ਉਦੋਂ ਬਾਅਦ ਤੁਹਾਨੂੰ ਜਿਹੜਾ ਮੇਨ ਕੁਸ਼ਚਨ ਹੈਗਾ, ਜਿਹੜਾ ਮੇਨ ਕੰਸਰਨ ਉਹਨਾਂ ਦਾ ਇਹ ਹੁੰਦਾ ਕਿ ਤੁਸੀਂ ਮੁੜ ਕੇ ਵਾਪਸ ਜਾਓਗੇ, ਸੋ ਉਹਦੇ ਵਾਸਤੇ ਤੁਹਾਡੇ ਕੋਲ ਰਿਟਰਨ ਟਿਕਟ ਹੈਗੀ ਆ, ਤੁਹਾਨੂੰ ਇਹ ਵੀ ਪਤਾ ਹੋਣਾ ਚਾਹੀਦਾ ਵੀ ਕਿਹੜੇ ਦਿਨ ਤੁਸੀਂ ਫਲਾਈ ਬੈਕ ਕਰ ਰਹੇ ਹੋ, ਠੀਕ ਹੈ ਜੀ। ਸੋ ਲੈਟਸ ਸੇ ਤੁਹਾਡੀ ਸਾਰੀ ਇੰਟਰਵਿਊ ਜਿਹੜੀ ਹੈਗੀ ਆ ਕਲੀਅਰ ਹੋ ਗਈ ਆ, ਨਾਓ ਯੂ ਆਰ ਇਨ ਕੈਨੇਡਾ, ਕੰਗ੍ਰੈਚੁਲੇਸ਼ਨਸ, ਰਾਈਟ। ਐਂਡ ਸੋ ਹੁਣ ਦੋਸਤੋ ਥਰਡ ਪਾਰਟ ਆਪਾਂ ਇਹ ਡਿਸਕਸ ਕਰਨਾ ਹੈ ਕਿ ਵੀ ਜਦੋਂ ਹੁਣ ਤੁਸੀਂ ਕੈਨੇਡਾ ਪਹੁੰਚ ਗਏ ਹੋ, ਕੈਨੇਡਾ ਆਉਣ ਤੋਂ ਬਾਅਦ ਤੁਹਾਡੇ ਕੋਲ ਕਿਹੜੇ ਕਿਹੜੇ ਆਪਸ਼ਨਸ ਹੈਗੇ ਨੇ ਇੱਥੇ। ਸੋ ਦੋਸਤੋ ਕੈਨੇਡਾ ਦੇ ਵਿੱਚ ਜਦੋਂ ਵਿਜ਼ਟਰ ਵੀਜ਼ਾ ਹੋਲਡਰ, ਟੂਰਿਸਟ ਵੀਜ਼ਾ ਹੋਲਡਰ ਆ ਜਾਂਦਾ ਇੱਥੇ, ਤਾਂ ਉਹਦੇ ਕੋਲ ਕਈ ਆਪਸ਼ਨਸ ਖੁੱਲ ਜਾਂਦੇ ਨੇ, ਰਾਈਟ। ਤੁਸੀਂ ਇੱਥੇ ਸਟੱਡੀ ਵੀ ਕਰ ਸਕਦੇ ਹੋ, ਤੁਹਾਡੇ ਕੋਲ ਉਹ ਵੀ ਆਪਸ਼ਨ ਹੁੰਦਾ। ਤੁਸੀਂ ਵਰਕ ਪਰਮਿਟ ਵੀ ਲੈ ਸਕਦੇ ਹੋ। ਸਟੱਡੀ ਪਰਮਿਟ ਦਾ ਜਿਹੜਾ ਰਿਕੁਆਇਰਮੈਂਟ ਹੈਗੀ ਆ ਉਹ ਸੇਮ ਹੀ ਹੁੰਦੀ ਹੈ ਜਿਵੇਂ ਤੁਸੀਂ ਇੰਡੀਆ ਕਰਦੇ ਹੋ, ਵੀ ਆਪਣੀ ਫੀਸ ਭਰੋ ਇੱਕ ਸਮੈਸਟਰ ਦੀ, ਰਾਈਟ। ਇਹਦੇ ਵਿੱਚ ਸਾਲ ਦੀ ਭਰਨ ਦੀ ਲੋੜ ਨਹੀਂ ਹੁੰਦੀ। ਵਿਜ਼ਟਰ ਵੀਜ਼ਾ ਹੋਲਡਰ ਨੂੰ 6 ਮਹੀਨੇ ਦੀ ਭਰ ਸਕਦਾ ਹੈ, 6 ਮਹੀਨੇ ਦੀ ਭਰ ਸਕਦਾ ਹੈ, 6 ਮਹੀਨੇ ਦੀ ਤੁਸੀਂ ਉਹਦੀ ਫੀਸ ਭਰੋ। ਐਂਡ ਤੇ ਬਾਅਦ LOA ਲੈ ਕੇ ਤੁਸੀਂ ਸਟੱਡੀ ਪਰਮਿਟ ਅਪਲਾਈ ਕਰ ਸਕਦੇ ਹੋ। ਤੇ ਦੋਸਤੋ ਵਰਕ ਪਰਮਿਟ ਵਾਸਤੇ ਤੁਹਾਨੂੰ ਉਰੇ ਚਾਹੀਦਾ ਹੁੰਦਾ ਕੈਨੇਡਾ ਦੇ ਵਿੱਚ ਇੱਕ ਇੰਪਲੋਇਰ। ਇੰਪਲੋਇਰ ਬਹੁਤ ਜ਼ਰੂਰੀ, ਕਿਉਂਕਿ ਇੰਪਲੋਇਰ ਨੇ ਹੀ ਤੁਹਾਨੂੰ LMIA ਦੇਣੀ ਹੈ। LMIA ਦੀ ਫੁੱਲ ਫਾਰਮ ਕੀ ਹੁੰਦੀ ਹੈ ਦੋਸਤੋ? ਲੇਬਰ ਮਾਰਕੀਟ ਇੰਪੈਕਟ ਅਸੈਸਮੈਂਟ। LMIA ਦਾ ਮਤਲਬ ਇਹ ਹੋ ਗਿਆ ਵੀ ਜਿਹੜੀ ਲੇਬਰ ਮਾਰਕੀਟ ਹੈਗੀ ਹੈ ਕੈਨੇਡਾ ਦੀ, ਵੀ ਉਹਦੀ ਉਰੇ ਤੇ ਜੇ ਹੁਣ ਬਾਹਰੋਂ ਕੋਈ ਬੰਦਾ ਆਉਂਦਾ ਕੈਨੇਡਾ ਦੇ ਵਿੱਚ, ਵੀ ਉਹਦੇ ਤੇ ਸਾਡੀ ਲੇਬਰ ਮਾਰਕੀਟ ਤੇ ਬਾਹਰ ਵਾਲੇ ਬੰਦੇ ਦਾ ਕੋਈ ਇੰਪੈਕਟ ਤਾਂ ਨਹੀਂ ਪੈਂਦਾ ਸਾਡੀ ਮੈਨ ਪਾਵਰ ਤੇ, ਸਾਡੀ ਜੋਬ ਓਪਰਚੁਨਿਟੀਜ਼ ਤੇ, ਰਾਈਟ। ਸੋ ਉਹਦੀ ਅਸੈਸਮੈਂਟ ਕਰਨ, ਕਲੀਅਰ ਕਰਨ ਤੋਂ ਬਾਅਦ ਹੀ ਇੰਪਲੋਇਰ ਨੂੰ LMIA ਸਰਟੀਫਿਕੇਟ ਮਿਲਦਾ ਕਿ ਤੂੰ ਬਾਹਰੋਂ ਬੰਦੇ ਬੁਲਾ ਸਕਦਾ। ਸੋ ਤੁਹਾਨੂੰ ਉਹ ਇੱਕ ਸਰਟੀਫਿਕੇਟ ਚਾਹੀਦਾ ਹੁੰਦਾ ਜਿਹਨੂੰ ਆਪਾਂ LMIA ਕਹਿੰਦੇ ਹਾਂ। ਸੋ ਦੋਸਤੋ ਜਦੋਂ ਤੁਸੀਂ ਇੱਥੇ ਆ ਜਾਂਦੇ ਹੋ, ਤੁਸੀਂ ਜੇ ਤੁਹਾਡੇ ਕੋਲ ਜੈਨੂਅਨ ਵਰਕ ਐਕਸਪੀਰੀਅੰਸ ਹੈਗਾ, ਤੁਸੀਂ ਆਪ ਆਨਲਾਈਨ ਅਪਲਾਈ ਕਰੋ, jobbank.gc ਤੇ ਜਾ ਕੇ ਅਪਲਾਈ ਕਰ ਸਕਦੇ ਹੋ, indeed.com ਤੇ ਜਾ ਕੇ ਅਪਲਾਈ ਕਰ ਸਕਦੇ ਹੋ। ਇਹ ਦੋਨੇ ਬਹੁਤ ਵਧੀਆ ਵੈਬਸਾਈਟਸ ਨੇ। ਸੋ ਇੱਥੇ ਤੁਸੀਂ ਕੈਨੇਡੀਅਨ ਇੰਪਲੋਇਰਸ ਨੂੰ ਲੱਭ ਸਕਦੇ ਹੋ, ਆਪਣੇ ਰੈਜ਼ਮੇ ਭੇਜੋ ਉਹਨਾਂ ਨੂੰ। ਮੋਸਟ ਆਫ ਦਾ ਟਾਈਮ ਕੀ ਹੁੰਦਾ ਕਿ ਇੰਪਲੋਇਰ ਰੈਡੀ ਨਹੀਂ ਹੁੰਦਾ, ਤੁਹਾਨੂੰ ਹਾਇਰ ਨਹੀਂ ਕਰਦਾ ਹੈਗਾ, ਬਿਕੋਜ਼ ਤੁਹਾਡੇ ਕੋਲ ਰਾਈਟਸ ਨਹੀਂ ਹੈਗੇ ਉਰੇ ਵਰਕ ਕਰਨ ਦੇ। ਬਟ ਇਹਦੇ ਵਿੱਚ ਇੱਦਾਂ ਦੀ ਗੱਲ ਨਹੀਂ ਹੈਗੀ ਵੀ ਤੁਸੀਂ ਟਰਾਈ ਵੀ ਨਾ ਕਰੋ, ਤੁਸੀਂ ਟਰਾਈ ਕਰ ਸਕਦੇ ਹੋ, ਬਟ ਯੂ ਡੋਂਟ ਨੋ। ਕਈ ਇੰਪਲੋਇਰ ਇਹੋ ਜਿਹੇ ਵੀ ਹੁੰਦੇ ਜਿਹਨਾਂ ਵਰਕਰਸ ਦੀ ਬਹੁਤ ਜ਼ਿਆਦਾ ਨੀਡ ਹੁੰਦੀ ਆ, ਐਂਡ ਤੁਹਾਨੂੰ ਉਹ LMIA ਜਿਹਨਾਂ ਕੋਲ ਹੈ ਨਹੀਂ ਗੀ ਤਾਂ ਤੁਹਾਨੂੰ ਇਸ਼ੂ ਕਰਵਾ ਕੇ ਵੀ ਦੇ ਸਕਦੇ ਆ। ਫੋਰ ਐਗਜ਼ਾਮਪਲ, ਤੁਸੀਂ ਕੈਨੇਡਾ ਦੇ ਵਿੱਚ ਆਏ ਹੋ, ਠੀਕ ਹੈ ਜੀ, ਤੁਹਾਨੂੰ 2-3 ਮਹੀਨੇ ਹੋ ਗਏ ਕੈਨੇਡਾ ਆਏ ਨੂੰ, ਐਂਡ 2-3 ਮਹੀਨੇ ਕੈਨੇਡਾ ਆਏ ਨੂੰ ਹੋ ਗਏ, ਅਤੇ ਹੁਣ ਤੁਹਾਨੂੰ ਇੱਕ ਬੰਦਾ ਲੱਭੇਗਾ ਜਿਹੜਾ ਕਹਿੰਦਾ ਕਿ ਮੇਰੇ ਕੋਲ LMIA ਹੈ ਨਹੀਂ, ਬਟ ਮੈਂ ਤੈਨੂੰ ਇਸ਼ੂ ਕਰਾ ਕੇ ਜ਼ਰੂਰ ਦੇ ਸਕਦਾ। ਸੋ ਹੁਣ ਤੁਸੀਂ ਰਹਿ ਤਾਂ 6 ਮਹੀਨੇ ਸਕਦੇ ਹੋ ਉੱਥੇ ਜਾ ਕੇ, ਜੇ ਐਕਸਟੈਂਸ਼ਨ ਪਾਉਂਦੇ ਹੋ ਤਾਂ 3 ਮਹੀਨੇ ਦੀ ਹੋਰ ਮਿਲਦੀ ਹੈ, 9 ਮੰਥਸ ਤੁਸੀਂ ਰਹਿ ਸਕਦੇ ਹੋ, ਰਾਈਟ। 3 ਮਹੀਨੇ ਤੁਸੀਂ ਆਲਰੇਡੀ ਕੱਢ ਦਿੱਤੇ, ਹੁਣ ਤੁਹਾਨੂੰ ਬੰਦਾ ਮਿਲ ਗਿਆ ਜਿਹੜਾ ਕਹਿੰਦਾ ਮੈਂ LMIA ਇਸ਼ੂ ਕਰਵਾ ਦੂੰਗਾ। ਹੁਣ ਇਸ਼ੂ ਕਰਵਾਉਣ ਦਾ ਵੀ ਪ੍ਰੋਸੈਸ ਜਿਹੜਾ ਹੈਗਾ 3-5 ਮੰਥਸ, 3 ਮਹੀਨੇ ਲੱਗ ਜਾਂਦੇ ਨੇ, ਵੱਧ 5 ਵੀ ਲੱਗ ਸਕਦੇ ਆ। ਹੁਣ 5 ਮਹੀਨੇ ਇਹ ਹੋ ਗਏ, 3 ਤੁਹਾਡੇ ਪਹਿਲਾਂ ਵਾਲੇ ਹੋ ਗਏ, 8 ਮਹੀਨੇ ਤਾਂ ਇਹੀ ਹੋ ਗਏ। ਸੋ ਦੋਸਤੋ ਇੱਥੇ ਤੁਹਾਨੂੰ ਘਬਰਾਉਣ ਦੀ ਲੋੜ ਨਹੀਂ, ਕਿਉਂਕਿ ਤੁਹਾਡੀ ਐਕਸਟੈਂਸ਼ਨ ਜਦੋਂ ਤੁਸੀਂ ਪਾਓਗੇ ਵੀ, ਤਾਂ ਐਕਸਟੈਂਸ਼ਨ ਪਾਉਣ ਵੇਲੇ ਤੁਸੀਂ ਇਹ ਚੀਜ਼ ਨੂੰ ਮੈਂਸ਼ਨ ਕਰ ਸਕਦੇ ਹੋ ਕਿ ਮੇਰੇ ਕੋਲ ਇੱਕ ਇੰਪਲੋਇਰ ਹੈਗਾ ਕੈਨੇਡੀਅਨ, ਉਹ ਵਰਕ ਕਰ ਰਿਹਾ ਵਾ LMIA ਤੇ, ਜੋਬ ਓਪਰਚੁਨਿਟੀ ਮੇਰੇ ਕੋਲ ਹੈਗੀ ਆ, ਆਈ ਐਮ ਵਰਕਿੰਗ ਔਨ ਇਟ, ਤੇ ਪੋਸੀਬਿਲਿਟੀ ਹੈਗੀ ਆ ਕਿ ਮੈਨੂੰ ਪਰਮਾਨੈਂਟ ਜੋਬ ਇੱਥੇ
इशू करवा दूँ, मैनू इंप्लॉयर स्पॉन्सर करूँगा, इस करके मैं जॉब अपॉर्चुनिटी की वेट कर रही हाँ, मैनू एक्सटेंशन दिती जाए। एंड इस लीगल, ये कुछ लीगल नहीं हैगा, ये लीगल वे आ, तुसी लीगली दस सकते हो तुसी इमीग्रेशन नू कि मैनू जॉब अपॉर्चुनिटी मिल रही है, उहदे करके मैं वेट कर रही हाँ अंटिल आई गैट माई LMIA, राइट। सो थोनू फिर एक्सटेंशन उहदे लई अप्रूव भी कर देंदे ने। कई बार इदां भी हो जाता कि क्लाइंट्स जिहड़े हैगे ने वो हाइड कर देंदे ने, वैसे पा देंदे ने कि मैं घूमना चाहुंदा। हुण तुसी सोच के देखो दोस्तों, भी किहड़ा टूरिस्ट वीजा होल्डर आ जिहड़ा 6 महीने घूमने जाता किसी कंट्री, 6 महीने तो बाद फिर होर कहे कि मैं 3 महीने होर घूमना चाहुंदा है, 9 महीने कनेडा च रहना, डॉलर च तुसी किते होटल दा रेंट भी देना एंड फिर रोटी पानी भी खाना, कौन इन्ना ट्रैवल विदाउट वर्क अफोर्ड कर सकता। सो ये एक रेड फ्लैग हुंदा। सो ये चीज़ तुसी नहीं करनी हैगी। ट्राई करो कि जे थोनू जॉब मिल रही है, इज नथिंग रॉन्ग, जे थोनू जेन्युइन एम्प्लॉयर मिल रहा है तां उहनूं तुसी अपने 6 मंथ्स दे विच विच ही अपना प्रोसैस नूं क्लीयर करो। एंड जे अप्लाई कर दो एटलीस्ट पहला 6 महीने दे विच विच, एंड बाद दे विच जे वेट करने भी पै रही है तुहानूं एक्सटेंशन मिली जाऊ, नोबडी विल स्टॉप यू। सो इन्हां चीज़ां दा तुसी खास ध्यान रखना दोस्तों, कि पहली गल इंप्लॉयर जेन्युइन लभण की कोशिश करो, ट्राई करो, जिवें दस्या Indeed.com ते जाके, JobBank.gc.ca ते जाके, राइट, इन्हां साइट से तुसी सर्च करो। एंड कदे भी दिल नहीं हारी दा, एंड जरूरी नहीं हैगा भी थोनू 10 जणे ने मना कर दिता या नहीं रिप्लाई आया भी थोनू मिलनी नहीं, जॉब मिल भी सकती है, बहुत वड्डी शॉर्टेज चल रही है कैनेडा दे विच इस वक्त। सो यू नैवर नो, तुसी अपना लक जरूर ट्राई करो। पहली गल हैगी है, जे तुसी विजिटर वीजा नहीं हजे अप्लाई कीता तां तुसी पहला डॉक्यूमेंटेशन तैयार करो, एंड जे थोड़ा आया होया तां थोनू ये भी पता लग गया हुण भी तुसी एयरपोर्ट ते जाण वेले किहड़ी किहड़ी गल्लां दा ध्यान रखना। एंड जे हुण तुसी विजिटर वीजा थोड़े कोले हैगा आ ते तुसी इत्थे आ के थोनू किसे तरीके दे भी कोई क्वेश्चंस ने, कंसर्न्स ने, तुसी पुछना चाहुंदे हो, सलाह लेना चाहुंदे हो, तां तुसी किसे भी रजिस्टर्ड इमीग्रेशन कंसल्टेंट दे नाल तुसी गल कर सकदे हो, तुसी उहनां नूं पुछ सकदे हो कि भी मेरा प्लान हैगा ए, एंड वो थोड़ी डॉक्यूमेंटेशन ਤੁਹਾਨੂੰ ਇਮੀਗ੍ਰੇਸ਼ਨ ਸਰਵਿਸ ਦੇਣ ਦੇ ਵਿੱਚ ਤੁਹਾਡੀ ਹੈਲਪ ਜ਼ਰੂਰ ਕਰ ਸਕਦੇ ਆ। ਸੋ ਦੋਸਤੋ, ਅੱਜ ਦੀ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਸਾਨੂੰ ਕਮੈਂਟਸ ਕਰਕੇ ਜ਼ਰੂਰ ਦੱਸਿਓ, ਤੇ ਅਗਲੀ ਵੀਡੀਓ ਆਪਾਂ ਕਿਸ ਤੇ ਬਣਾਈਏ ਇਹ ਵੀ ਸਾਨੂੰ ਜ਼ਰੂਰ ਦੱਸਿਓ ਕਮੈਂਟ ਕਰਕੇ। ਬਹੁਤ-ਬਹੁਤ ਤੁਹਾਡਾ ਧੰਨਵਾਦ ਇੰਨਾ ਪਿਆਰ ਦੇਣ ਵਾਸਤੇ, ਸਾਰੀ ਸਰੀ ਇਮੀਗ੍ਰੇਸ਼ਨ ਦੀ ਟੀਮ ਵੱਲੋਂ ਥੈਂਕ ਯੂ ਸੋ ਮੱਚ, ਐਂਡ ਕੀਪ ਵਾਚਿੰਗ ਆ YouTube ਚੈਨਲ।